कारगुजारी ते चोरा एक बार फिर बोलिया तावा, लगातार वापर रही चोरी दिया घटनावा। हरीके बहका तो पुलिस मुलाजम दे घरों 25 तोले के करीब सोना ते 2 लाख नकदी चोरी। थाना हरीके की पुलिस की ढिली कारगुजारी के चलदिया एक बार फिर हरीके कस्बे के बाहर वार बहका ते रहंदे पुलिस मुलाजम के घर नू निशाना बनाउंदिया अनपछात्या ने सोना ते नकदी चोरी करन की खबर सामने आई है। गौरतलब है कि कस्बे अंदर बीते 2 हफ्तों तो चोरा ने राज जमाया होया, जिस दौरान लखा रुपए का नुकसान करा चुके लोग इंसाफ ले दर दर भटक रहे हैं। जानकारी अनुसार गुरतेज सिंह पुत्र नछत्र सिंह के घर नू निशाना बनाउंदिया अनपछात्या ने 40 तोले सोना अते 2 लाख तो वध नकदी चोरी की। बेखौफ लुटेरिया ने सारे कमरे अते घर च पे सारे पर्स भी खाली कर दिते। मौके ते पहुंचे तफ्तीशी अफसर ने मौके का जायजा लै कार्रवाई आरंभ कर दिया, जल्दी इंसाफ का भरोसा दिता है। सोनू फतेहाबाद की विशेष रिपोर्ट। ਸ਼ਮਸ਼ੀਰ ਸਿੰਘ ਜੀ ਕਿਹੜਾ ਪਿੰਡ ਆ? ਹਰੀਕੇ। ਕੋਈ ਚੋਰੀ ਦੀ ਵਾਰਦਾਤ ਵਾਪਰੀ ਆ ਤੁਹਾਡੇ? ਹਾਂਜੀ, ਅੱਜ ਰਾਤ ਦੀ ਗੱਲ ਹੈ ਜੀ ਕਿ ਆਪਣੇ ਚੋਰਾਂ ਨੇ ਆਪਣਾ ਸੋਨਾ ਲੁੱਟ ਕੇ ਲੈ ਗਏ। ਕਿੰਨਾ ਸੋਨਾ ਸੀਗਾ? ਸੋਨਾ ਤਕਰੀਬਨ ਹੋਏਗਾ 25 ਤੋਲੇ ਦੇ ਲਾਗੇ। ਅਤੇ ਨਕਦੀ ਵੀ ਹੈਗੀ ਸੀਗੀ? ਹਾਂਜੀ, ਨਕਦੀ 2 ਲੱਖ ਆਇਆ ਸੀ ਜੀ। ਅਤੇ ਕਹਿੰਦੀ ਆਏ ਆ, ਦਾਖਲ ਕਹਿੰਦੀ ਹੋਏ ਆ? ਉਹਦੀ ਆਪਣੇ ਬਾਹਰ ਦੀ ਗ੍ਰਿਲ ਪੁੱਟੀ ਆ ਜੀ ਉਹਨਾਂ ਨੇ ਆਪਣੀ ਬਾਰੀ ਦੀ, ਅਤੇ ਅੰਦਰ ਦਾਖਲ ਹੋ ਕੇ ਉਹਨਾਂ ਨੇ ਆਪਣਾ ਚੋਰੀ ਅੰਜਾਮ ਦਿੱਤਾ ਹੈ। ਅਤੇ ਜੀ ਉਸ ਟਾਈਮ ਤੁਸੀਂ ਸੁੱਤੇ ਸੀਗੇ? ਹਾਂਜੀ, ਅਸੀਂ ਵੀ ਸਾਰੇ ਸੌਂ ਗਏ 11 ਵਜੇ ਦੇ ਕਰੀਬ, ਬਾਕੀ ਵਾਰਦਾਤ 11 ਵਜੇ ਤੋਂ ਬਾਅਦ ਹੀ ਹੋਈ ਹੈ। ਅਤੇ ਕਿਸ ਤਰ੍ਹਾਂ ਤੁਹਾਨੂੰ ਦਿਨੇ ਕਿਸ ਤਰ੍ਹਾਂ ਪਤਾ ਲੱਗਿਆ? ਦਿਨੇ ਤਾਂ ਜੀ ਮੇਰੇ ਮਿਸਿਜ਼ ਉੱਠੇ ਆ ਅਤੇ ਉਹਨਾਂ ਨੇ ਆਪਣਾ ਡਿਊਟੀ 'ਤੇ ਜਾਣਾ ਸੀ, ਅਤੇ ਉਹਨਾਂ ਨੇ ਆਪਣਾ ਦੇਖਿਆ ਵੀ ਤਾਂ ਲੋਕ ਵਗੈਰਾ ਜਾਂ ਗ੍ਰਿਲ ਵਗੈਰਾ ਟੁੱਟੀ ਹੋਈ ਹੈ, ਅਤੇ ਉਹਨਾਂ ਨੇ ਸਾਨੂੰ ਫਿਰ ਇਨਫੋਰਮੇਸ਼ਨ ਦਿੱਤੀ ਆ ਅਤੇ ਅਸੀਂ ਦੇਖਿਆ ਤਾਂ ਉਹ ਵਾਰਦਾਤ ਹੋਈ ਸੀ। ਅਤੇ ਵਿਧੀ ਦਰਖਾਸਤ ਦਿੱਤੀ ਇਹਦੇ ਸੰਬੰਧ 'ਚ? ਹਾਂਜੀ, ਦਰਖਾਸਤ ਦੇ ਦਿੱਤੀ ਹੈ ਜੀ, ਬਾਕੀ ਪੁਲਿਸ ਵਾਲੇ ਆ ਕੇ ਵੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। SHO ਮੈਡਮ ਆਈ ਹੈ ਮੌਕਾ ਦੇਖਣ ਹਰੀਕੇ ਵਾਲੀ? ਹਾਂਜੀ, SHO ਮੈਮ ਆਈ ਸੀ ਜੀ। ਕੀ ਆਸ਼ਵਾਸਨ ਤੁਹਾਨੂੰ ਦਵਾਇਆ? ਆਖਿਆ ਗਿਆ ਜੀ ਆਪਣਾ ਛੇਤੀ ਛੇਤੀ ਚੋਰਾਂ ਦਾ ਪਰਦਾਫਾਸ਼ ਕੀਤਾ ਜਾਏਗਾ। ਅਤੇ ਦੇਖੋ ਕੀ ਕਾਰਨ ਵੀਰ ਜੀ ਗਿਣਦੇ ਜੋ, ਪਹਿਲਾਂ ਵੀ ਇੱਕ 65 ਲੱਖ ਦੀ ਘਟਨਾ ਵਾਪਰੀ ਆ ਇਲਾਕੇ ਦੇ ਵਿੱਚ, ਨਬੀਪੁਰ ਦੇ ਵਿੱਚ ਲੁੱਟ ਖੋਹ ਦਾ ਮਾਮਲਾ ਵਾਪਰਿਆ, ਕੋਈ 5 ਦੇ ਕਰੀਬ ਜਿਹੜੀਆਂ ਘਟਨਾਵਾਂ ਇੱਥੇ ਹਰੀਕੇ 'ਚ ਵਾਪਰ ਚੁੱਕੀਆਂ, ਪੁਲਿਸ ਦੀ ਕਾਰਜਕਾਰੀ ਨੂੰ ਕਿਸ ਤਰ੍ਹਾਂ ਦੇਖਦੇ ਜੋ? ਪੁਲਿਸ ਦੀ ਕਾਰਜਕਾਰੀ ਤਾਂ ਭਾਅ ਜੀ ਇੱਦਾਂ ਕਹਿ ਸਕਦੇ ਹਾਂ ਵੀ ਇਹ ਸਾਰੇ ਸਰਕਾਰਾਂ ਨੇ ਹੱਥ ਬੰਨੇ ਹੋਏ ਆ, ਸਰਕਾਰ ਇਸ ਦੇ ਖਿਲਾਫ਼ ਕੋਈ ਵੀ ਠੋਸ ਕਦਮ ਨਹੀਂ ਚੁੱਕ ਰਹੀ, ਕਿਉਂਕਿ ਜਦੋਂ ਆਪਾਂ ਕੋਈ ਵੀ ਵਾਰਦਾਤ ਕਰ ਰਹੇ ਹਾਂ ਇਸ ਦੇ ਪਿੱਛੇ ਹਮੇਸ਼ਾ ਕਿਸੇ ਨਾ ਕਿਸੇ ਲੀਡਰ ਜਾਂ ਕਿਸੇ ਨਾ ਕਿਸੇ ਤਗੜੇ ਬੰਦੇ ਦਾ ਹੀ ਹੱਥ ਹੁੰਦਾ ਵਾ, ਕਿਉਂਕਿ ਉਸ ਤੋਂ ਇਲਾਵਾ ਕੋਈ ਵੀ ਬੰਦਾ ਇਹੋ ਜਿਹਾ ਕੰਮ ਨਹੀਂ ਕਰ ਸਕਦਾ ਵੀ ਇੰਨਾ ਦਿਲ ਵਧੀ ਕਰ ਸਕੇ। ਕੀ ਮੰਗ ਕਰਦੇ ਜੀ? ਮੰਗ ਇਹ ਹੈ ਜੀ ਸਾਡੀ ਛੇਤੀ ਛੇਤੀ ਰਿਕਵਰੀ ਕਰਾਈ ਜਾਵੇ, ਕਿਉਂਕਿ ਸਾਡੀ ਹੱਥ ਸੱਚ ਦੀ ਕਮਾਈ ਸੀ, ਅਸੀਂ ਕੋਈ ਵੀ ਜਾਂ ਚੋਰੀ ਜਾਂ ਫਰੇਬ ਬਿਨਾਂ ਕਿਸੇ ਤੋਂ ਪੈਸਾ ਨਹੀਂ ਲਿਆ, ਅਤੇ ਸਾਡੀ ਛੇਤੀ ਛੇਤੀ ਕਾਰਵਾਈ ਕੀਤੀ ਜਾਵੇ ਅਤੇ ਅਸੀਂ ਆਪਣਾ ਜਾਂ ਧਿਆਨ ਰੱਖਾਂਗੇ। ਸਰ ਕੀ ਨਾਮ ਹੈ ਆਪਣਾ? ਮੇਰਾ ਨਾਮ ਹੈਗਾ ਜੀ ਸਵਰਨ ਸਿੰਘ ਹਰੀਕੇ। ਸਰ ਇੱਕ ਜਿਹੜੀ ਹਰੀਕੇ ਸਤਲੁਜ ਪੈਲਸ ਦੇ ਲਾਗੇ ਜਿਹੜੀ ਇੱਕ ਬਹਿਕ ਪੈਂਦੀ ਆ, ਉੱਥੇ ਥਾਣੇਦਾਰ ਨਛੱਤਰ ਸਿੰਘ ਜੀ, ਉੱਥੇ ਇੱਕ ਚੋਰੀ ਦੀ ਘਟਨਾ ਵਾਪਰੀ, ਸਰ ਕੀ ਕਹਿਣਾ ਚਾਹੋਗੇ ਇਸ ਬਾਰੇ? ਵੇਖੋ ਜੀ, ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਪੱਟੀ ਜ਼ੋਨ ਦਾ ਮਾਗੂ ਹਾਂ। ਵਾਰਦਾਤਾਂ ਬਹੁਤ ਜ਼ਿਆਦੀਆਂ ਸ਼ਿਖਰਾਂ 'ਤੇ ਹੋ ਰਹੀਆਂ, ਇਹ ਪਹਿਲੀ ਨਹੀਂ ਗੀ, ਇਹ ਲਗਭਗ 11ਵੀਂ ਆ ਜੀ, 11ਵੀਂ ਵਾਰਦਾਤ ਸਾਡੇ ਇਲਾਕੇ 'ਚ ਹੋ ਚੁੱਕੀ ਆ, ਪਰ ਇਹਦਾ ਕੋਈ ਹੱਲ ਨਹੀਂ ਨਿਕਲ ਰਿਹਾ। ਜਿਵੇਂ ਕਿ ਚੋਰ ਆਉਂਦੇ ਚੋਰੀ ਕਰਕੇ ਚੱਲ ਜਾਂਦੇ, ਹੈ ਨਾ, ਇਹਦਾ ਕੋਈ ਵਧੀਆ ਹੱਲ ਨਿਕਲੇ। ਲੋਕ ਇਹ 4-5 ਬੇਕਾਂ ਇਕੱਠੀਆਂ ਜੀ, ਜੇ ਇੱਕ ਅੱਧੀ ਬੈਗ ਆ ਉਹਨੂੰ ਅੱਜ ਰਾਤ ਨੂੰ ਨੀਂਦ ਨਹੀਂ ਆਉਣੀ ਕਿ ਯਾਰ ਉਹ 4-5 ਬੈਗਾਂ 'ਤੇ ਕੁਛ ਹੋ ਗਿਆ, ਅਤੇ ਇਕੱਲੀ ਬੈਗ ਨੂੰ ਹੋਰ ਮੁਸ਼ਕਲ ਹੋ ਜੂ। ਇਹ ਕਾਰਨ ਇਹ ਬਣ ਗਿਆ ਵੀ ਨਸ਼ਈ ਬਹੁਤ ਜ਼ਿਆਦਾ ਹੋ ਚੁੱਕੇ ਆ, ਜਿਹੜੇ ਨਸ਼ਾ ਕਰਦੇ ਆ ਉਹ ਆਪਣੀ ਨਸ਼ੇ ਦੀ ਪੂਰਤੀ ਲਈ ਚਾਹੇ ਉਹਨਾਂ ਨੂੰ ਆਪਣੇ ਘਰੋਂ ਚੋਰੀ ਕਰਨੀ ਪਵੇ, ਚਾਹੇ ਉਹਨੂੰ ਆਪਣੀ ਮਾਤਾ ਦੀਆਂ ਵਾਲੀਆਂ ਲਾਉਣੀਆਂ ਪੈਣ, ਚਾਹੇ ਉਹਨੂੰ ਕਿਸੇ ਦੀਆਂ ਲਾਉਣੀਆਂ, ਪਰ ਨਸ਼ੇ ਵਾਸਤੇ ਕੁਛ ਵੀ ਕਰਨ ਨੂੰ ਤਿਆਰ ਆ, ਉਹਨਾਂ ਨੂੰ ਕਿਸੇ ਦੀ ਹੱਤਿਆ ਵੀ ਕਰਨ ਨੂੰ ਤਿਆਰ ਹੋ ਜਾਂਦੇ ਆ।
ਤਾਂ ਕਰਕੇ ਅਸੀਂ ਆਨੇ ਵੀ ਇਹਦਾ ਕੋਈ ਹੱਲ ਵਧੀਆ ਤਰੀਕੇ ਨਾਲ ਕੱਢਿਆ ਜਾਵੇ ਜਿਹਦੇ ਨਾਲ ਲੋਕ ਸੇਫ ਰਾਤ ਨੂੰ ਸੌਣ। ਪਰ ਜੇ ਦੁਨੀਆ ਰਾਤ ਨੂੰ ਤਰਹਿ ਤਰਹਿ ਕਰਕੇ ਸੌਣ ਲੱਗ ਗਈ, ਇਹ ਐਂ ਲੱਗਦਾ ਵੀ ਜਿਵੇਂ ਜੰਗਲ ਦਾ ਰਾਜ ਹੋ ਗਿਆ। ਜੇ ਕਿ ਇਹਦੀ ਚੋਰੀ ਹੋ ਜਾਂਦੀ ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਨੂੰ ਇਨਸਾਫ ਮਿਲ ਜੂ। 17 ਤਰੀਕ ਨੂੰ ਪੱਟੀ ਰੂਈ ਦੇ ਉੱਤੇ 10:30 ਤਿੰਨ ਜਾਣੇ ਆਉਂਦੇ ਆ, ਉਹ ਨਰਪਾਲ ਸਿੰਘ ਆਪਣਾ ਸੀਤੋ ਤੋਂ ਆਇਆ, ਅਕਬਾਲ ਸਿੰਘ ਉਹਦੀ ਵਾਲੀਆਂ, ਉਹਨਾਂ ਦੀ ਛਾਪ ਦਿਨ ਦੀਵੀ 10:30 ਲਾ ਕੇ ਲੈ ਗਏ, ਜਿਹਦੇ 'ਤੇ ਕੋਈ ਅਜੇ ਤੱਕ ਵਾਰਦਾਤ ਨਹੀਂ ਕੀਤੀ ਗਈ, ਨਾ ਬੰਦਾ ਲੱਭਿਆ ਗਿਆ। ਥੋੜ੍ਹੇ ਦਿਨ ਪਹਿਲਾਂ ਨਵੀਪੁਰ ਦਿਨ ਦੀਵੀ ਉੱਥੋਂ ਵਾਲੀਆਂ ਲਾ ਕੇ ਲੈ ਗਏ, ਉਹਦਾ ਨਹੀਂ ਕੋਈ ਪਤਾ ਲੱਗਾ। ਕਹਿੰਦਾ ਭਾਵ ਕਿ ਪੁਲਿਸ ਦੀ ਕਾਰਜਕਾਰੀ ਜਿਹੜੀ ਆ ਢਿੱਲੀ ਆ। ਮੈਂ ਕਹੂੰ ਵੀ ਬਹੁਤ ਜ਼ਿਆਦਾ ਢਿੱਲੀ ਆ। ਹਰੀ ਕੇ ਸਾਡੇ ਇੱਕ ਰਾਤ 'ਚ 3 ਚੋਰੀਆਂ ਹੋਈਆਂ, ਇੱਕ ਦੁਕਾਨ 'ਚ ਮਾਰ ਕੇ ਖੱਡਾ, ਅਤੇ ਉਹਦੇ 'ਚੋਂ ਸੰਦ ਕੱਢ ਕੇ ਲੈ ਗਏ ਕੰਮ ਕਰਨ ਵਾਲੇ ਮਿਸਤਰੀ 'ਤੇ, ਅਗਲੇ ਤੋਂ ਲੈਪਟੋਪ ਲੈ ਗਏ ਅਗਲੀ ਦੁਕਾਨ 'ਚੋਂ, ਇੱਕ ਦਾ ਛੱਡਣ ਤੋੜ ਘੱਤਿਆ। ਹੁਣ ਵੇਖੋ ਇੱਦਾਂ ਦੀਆਂ ਵਾਰਦਾਤਾਂ ਹੋਣਗੀਆਂ, ਅਤੇ ਉਹਨਾਂ ਦੇ ਘਰਾਂ ਤੱਕ ਅਜੇ ਤੱਕ ਪੁਲਿਸ ਨਹੀਂ ਪਹੁੰਚੀ, ਤਿੰਨਾਂ ਦੇ ਘਰਾਂ ਤੱਕ। ਕੀ ਮੰਗ ਕਰਦੇ ਜੋ? ਅਸੀਂ ਮੰਗ ਕਰਦੇ ਹਾਂ ਕਿ ਜੇ ਜਿਸ ਤਰ੍ਹਾਂ ਵੀ ਹੱਲ ਨਿਕਲਦਾ ਸਰਕਾਰ ਤੋਂ, ਚੰਗੇ ਅਫਸਰ ਹੋਰ ਸੀਨੀਅਰ ਲਾ ਕੇ ਇਹ ਚੋਰੀ ਦੇ ਹੱਲ ਕੱਢੇ ਜਾਣ, ਨਹੀਂ ਤੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊ, ਲੋਕ ਸੇਫ ਨਹੀਂ। ਭਾਈ ਸਰ, ਹਰੀਕੇ ਦੇ ਵਿੱਚ ਇੱਕ ਚੋਰੀ ਦੀ ਘਟਨਾ ਵਾਪਰੀ ਹੈ ਸਰ, ਅੱਜ ਤੁਸੀਂ ਇੱਥੇ ਆਏ ਜੋ ਮੌਕੇ 'ਤੇ ਕੀ ਕਾਰਵਾਈ ਸਰ ਕੀਤੀ ਜਾ ਰਹੀ ਹੈ? ਹਾਂਜੀ, ਮਤਲਬ ਨਛੱਤਰ ਸਿੰਘ ਨੇ ਦੱਸਿਆ ਕਿ ਰਾਤ ਸਾਡੇ ਘਰ ਚੋਰੀ ਹੋ ਗਈ ਹੈ, ਅਤੇ ਉਹਦੇ ਸੰਬੰਧ 'ਚ ਮੌਕੇ 'ਤੇ ਪਹੁੰਚੇ ਹਾਂ, ਅਤੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕਰਾਂਗੇ ਜਲਦੀ ਤੋਂ ਜਲਦੀ। ਸਰ, ਦੇਖਣ ਵਿੱਚ ਆ ਰਿਹਾ ਹਰੀਕੇ ਦੇ ਵਿੱਚ ਹੋਰ ਵੀ ਕਾਫੀ ਘਟਨਾਵਾਂ ਜਿਹੜੀਆਂ ਚੋਰੀ ਦੀਆਂ ਅਤੇ ਲੁੱਟ ਖੋਹ ਦੀਆਂ ਵਾਪਰ ਰਹੀਆਂ, ਪਰ ਕੋਈ ਕਾਰਵਾਈ ਠੋਸ ਨਹੀਂ ਹੋ ਰਹੀ ਸਰ? ਕੀ ਕਾਰਵਾਈ ਠੋਸ ਹੋ ਰਹੀ ਹੈ? ਬਸ ਪਰਚਾ ਦਰਜ ਕਰਕੇ ਜ਼ਰੂਰ ਦੋਸ਼ੀਆਂ ਦੀ ਭਾਲ ਕਰਕੇ, ਅਤੇ ਇਹਨਾਂ ਦੇ ਜਿਹੜੀ ਬਣਦੀ ਕਾਰਵਾਈ ਕਰਕੇ ਉਹਨਾਂ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਰੱਖਾਂਗੇ।